ਪਿਛਲੇ 24 ਘੰਟਿਆਂ ਦੌਰਾਨ ਅਮਰੀਕਾ ਦੇਸ਼ ਨੂੰ ਇੱਕ ਵੱਡੇ ਤੂਫਾਨ ਦਾ ਖਤਰਾ ਖੜਾ ਹੋ ਚੁੱਕਾ ਹੈ ਤੇ ਖਤਰਾ ਲਗਾਤਾਰ ਅਮਰੀਕਾ ਦੇ ਲਾਗੇ ਪਹੁੰਚਦਾ ਹੋਇਆ ਦੱਸਿਆ ਜਾ ਰਿਹਾ ਹੈ ਅਤੇ ਇਸ ਖਤਰੇ ਦੀ ਗੰਭੀਰਤਾ ਵੀ ਵੱਧ ਰਹੀ ਦੱਸੀ ਜਾਂਦੀ ਹੈ ਈਐਨ ਨਾ ਦਾ ਤੂਫਾਨ ਅਤੇ ਸਮੁੰਦਰੀ ਚੱਕਰਵਰਤੀ ਚਖੜ ਲਗਾਤਾਰ ਤੇਜ਼ੀ ਨਾਲ ਅਮਰੀਕਾ ਦੇ ਫਲੋਰੀਡਾ ਇਲਾਕੇ ਵੱਲੋਂ ਵਧ ਰਿਹਾ ਦੱਸਿਆ ਜਾਂਦਾ ਹੈ ਅਤੇ ਜਿੱਥੇ ਬੀਤੇ ਕੱਲ ਏਸ ਦਾ ਦੂਜਾ ਪੱਧਰ ਯਾਨੀ ਕੈਟਾਗਰੀ 2 ਦੱਸੀ ਜਾ ਰਹੀ ਸੀ ਉੱਥੇ ਹੁਣ ਤਾਜ਼ਾ ਜਾਣਕਾਰੀ ਮੁਤਾਬਕ ਇਹ ਤੂਫਾਨ ਇਨਾ ਤੇਜ਼ ਹੋ ਚੁੱਕਾ ਹੈ ਕਿ ਦੂਜੀ ਤੋਂ ਵੱਧ ਕੇ ਚੌਥੀ ਕੈਟਾਗਰੀ ਪਾਵ ਚੌਥੇ ਪੱਧਰ ਤੱਕ ਤੇਜ਼ ਹੋ ਚੁੱਕਾ ਹੈ ਤੇ ਇਸੇ ਕਰਕੇ ਇਸ ਦਾ ਖਤਰਾ ਹੁਣ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਵੱਧ ਗਿਆ ਦੱਸਿਆ ਜਾਂਦਾ ਹੈ ਅਮਰੀਕਾ ਦੇ ਸਮੁੰਦਰੀ ਕੰਢੇ ਇਲਾਕੇ ਅਤੇ ਪ੍ਰਮੁੱਖ ਤੌਰ ਤੇ ਫਲੋਰੀਡਾ ਦੇ ਹਜ਼ਾਰਾਂ ਤੇ ਲੱਖਾਂ ਲੋਕਾਂ ਉੱਤੇ ਸਭ ਤੋਂ ਵੱਡਾ ਖਤਰਾ ਮੰਡਰਾ ਰਿਹਾ ਹੈ ਕਿਉਂਕਿ ਤੇਜ਼ ਤਰਾਰ ਹਨੇਰੀ ਝੱਖੜ ਅਤੇ ਹੜ੍ਹਾਂ ਦਾ ਖਤਰਾ ਵੱਧਦਾ ਜਾ ਰਿਹਾ ਹੈ ਹਰੀਕੇਨ ਇਨ ਯਾਨੀ ਤੂਫਾਨ ਜਿਸ ਦਾ ਨਾਂ ਇਨ ਦੱਸਿਆ ਗਿਆ ਉਹ ਪਿਛਲੇ ਕੁਝ ਘੰਟਿਆਂ ਦੌਰਾਨ ਕਿਊਬਾ ਟਾਪੂ ਦੇ ਪੱਛਮੀ ਖੇਤਰ ਨੂੰ ਵੱਡੇ ਪੱਧਰ ਉੱਤੇ ਨੁਕਸਾਨ ਪਹੁੰਚਾ ਚੁੱਕਾ ਹੈ ਅਤੇ ਬੁੱਧਵਾਰ ਨੂੰ ਮਗਰਲੇ ਘੰਟਿਆਂ ਦੌਰਾਨ ਇਸਦੇ ਫਲੋਰੀਡਾ ਵਿਖੇ ਪਹੁੰਚਣ ਦੀ ਵੀ ਸੰਭਾਵਨਾ ਦੱਸੀ ਜਾ ਰਹੀ ਹੈ ਨਾਲ ਦੀ ਨਾਲ ਅਮਰੀਕਾ ਦਾ ਟੈਂਪਾ ਬੇ ਦਾ ਇਲਾਕਾ ਇਸ ਤੋਂ ਸਭ ਤੋਂ ਜ਼ਿਆਦਾ ਖਤਰੇ ਵਿੱਚ ਦੱਸਿਆ ਜਾ ਰਿਹਾ ਜਿੱਥੇ ਹੜ੍ਹਾਂ ਦਾ ਭਾਰੀ ਖਤਰਾ ਮੰਡਰਾ ਰਿਹਾ ਹੈ ਇਹ ਵੀ ਪਤਾ ਲੱਗਾ ਕਿ ਸਨ 1921 ਤੋਂ ਬਾਅਦ ਪਹਿਲੀ ਵਾਰ ਹੋਵੇਗਾ ਕਿ ਟੈਂਪਾ ਬੇ ਇਲਾਕੇ ਵਿੱਚ ਇਡੇ ਵੱਡੇ ਪੱਧਰ ਉੱਤੇ ਕਿਸੇ ਸਮੁੰਦਰੀ ਚੱਕਰਵਤੀ ਤੂਫਾਨ ਜਾਫਿਰ ਹੜ੍ਹਾਂ ਦਾ ਇਸ ਕਦਰ ਖਤਰਾ ਸਾਹਮਣੇ ਆ ਰਿਹਾ ਹੈ ਅੰਤਰਰਾਸ਼ਟਰੀ ਹਰੀਕੇਨ ਰਿਸਰਚ ਸੈਂਟਰ ਵੱਲੋਂ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਪਿਛਲੇ 100 ਸਾਲਾਂ ਤੋਂ ਬਾਅਦ ਇਹ ਪਹਿਲੀ ਵਾਰੀ ਹੋ ਰਿਹਾ ਹੈ ਕਿ ਟੈਂਪਾ ਬੇ ਇਲਾਕਾ ਸਿੱਧੇ ਤੌਰ ਤੇ ਇਸ ਤਰ੍ਹਾਂ ਦੇ ਚੱਕਰਵਤੀ ਤੂਫਾਨ ਦੀ ਲਪੇਟ ਵਿੱਚ ਆਉਂਦਾ ਹੋਇਆ ਵਿਖਾਈ ਦੇ ਰਿਹਾ ਹੈ ਆ ਰਹੇ ਤੂਫਾਨ ਦਾ ਟੈਂਪਾ ਬੇ ਇਲਾਕੇ ਨੂੰ ਇੰਨਾ ਖਤਰਾ ਦੱਸਿਆ ਜਾ ਰਿਹਾ ਹੈ ਕਿ ਇੰਟਰਨੈਸ਼ਨਲ ਹਰੀਕੇਨ ਰਿਸਰਚ ਸੈਂਟਰ ਦਾ ਹੀ ਇਹ ਕਹਿਣਾ ਹੈ ਇਲਾਕਾ ਇਸ ਕਦਰ ਪ੍ਰਭਾਵਿਤ ਹੋ ਸਕਦਾ ਹੈ ਕਿ ਇਸ ਦੀ ਪਛਾਣ ਕਰਨੀ ਵੀ ਕੁਝ ਦਿਨਾਂ ਲਈ ਮੁਸ਼ਕਲ ਹੋ ਜਾਵੇਗੀ ਅਮਰੀਕਾ ਵੱਲੋਂ ਤੇਜ਼ੀ ਨਾਲ ਵਧ ਰਹੇ ਇਸ ਤੂਫਾਨ ਹਰੀਕੇਨ ਦੇ ਬਾਰੇ ਇਹ ਦੱਸਿਆ ਜਾ ਰਿਹਾ ਹੈ ਕਿ ਪਿਛਲੇ ਕੁਝ ਘੰਟਿਆਂ ਦੌਰਾਨ ਇਸ ਦੀ ਆਉਣ ਦੀ ਰਫ਼ਤਾਰ 125 ਕਿਲੋਮੀਟਰ ਪ੍ਰਤੀ ਘੰਟਾ ਚੱਲ ਰਹੀ ਹੈ ਅਤੇ ਆਉਂਦੇ ਕੁਝ ਘੰਟਿਆਂ ਦੌਰਾਨ ਇਸ ਦੀ ਰਫਤਾਰ ਵਧ ਕੇ 240 ਕਿਲੋਮੀਟਰ ਪ੍ਰਤੀ ਘੰਟਾ ਤੱਕ ਵੀ ਪਹੁੰਚ ਸਕਦੀ ਹੈ ਭਾਵ ਪਹਿਲਾਂ ਨਾਲੋਂ ਲਗਭਗ ਦੁੱਗਣੀ ਹੋਣ ਦੀ ਰਫਤਾਰ ਖਤਰਾ ਬਣ ਕੇ ਸਾਹਮਣੇ ਆ ਸਕਦੀ ਹੈ ਇਸ ਦਰਮਿਆਨ ਬੀਤੇ ਕੱਲ੍ਹ ਵਾਂਗ ਅਮਰੀਕਾ ਵਿੱਚ ਰਾਹਤ ਤੇ ਬਚਾਅ ਕਾਰਜ ਪਹਿਲਾਂ ਹੀ ਚੱਲ ਰਹੇ ਨੇ ਜਿੱਥੇ ਜਿੱਥੇ ਇਸ ਦਾ ਸਭ ਤੋਂ ਜ਼ਿਆਦਾ ਖਤਰਾ ਹੈ ਭਾਵ ਫਲੋਰੀਡਾ ਤੇ ਟੈਂਪਾ ਬੀਚ ਦੇ ਇਲਾਕਿਆਂ ਵਿੱਚੋਂ ਲੋਕਾਂ ਨੂੰ ਸੁਰੱਖਿਅਤ ਲਾਂਬੇ ਕਰਨ ਅਤੇ ਇਲਾਕੇ ਖਾਲੀ ਕਰਨ ਦੀ ਮੁਹਿੰਮ ਵੀ ਚੱਲ ਰਹੀ ਹੈ ਅਤੇ ਫਲੋਰੀਡਾ ਦੇ ਬਹੁਤ ਸਾਰੇ ਵਸਨੀਕ ਮਿੱਟੀ ਦੇ ਥੈਲੇ ਭਰ ਕੇ ਅਤੇ ਮਿੱਟੀ ਦੇ ਬੋਰੇ ਭਰ ਕੇ ਆਪੋ ਆਪਣੇ ਬਚਾ ਲਈ ਵੀ ਕੋਸ਼ਿਸ਼ਾਂ ਕਰਦੇ ਹੋਏ ਵੇਖੇ ਜਾ ਰਹੇ ਨੇ। ਕੁੱਲ ਮਿਲਾ ਕੇ ਜਿਵੇਂ-ਜਿਵੇਂ ਸਮਾਂ ਬੀਤਦਾ ਜਾ ਰਿਹਾ ਹੈ ਅਮਰੀਕਾ ਉੱਤੇ ਇਸ ਵੱਡੇ ਤੂਫਾਨ ਦਾ ਖਤਰਾ ਵੀ ਵੱਧਦਾ ਹੀ ਜਾ ਰਿਹਾ ਹੈ।